Minister Shikha and all other honorable persons, students and their parents. मैं पंजाबी च बोलूंगा। सब तो पहला तो मैं नारायण साहब थोड़ी इस सोच का और एल एंड टी का और नाभा थर्मल पावर प्रोजेक्ट का दूर अंदेशे थे बहुत ही बढ़िया मतलब जिन्हें बढ़िया कंपनियां है जो स्कॉलरशिप्स देंगे हैं या एनजीओस को पैसा देंगे हैं बट एक्चुअली वो पैसा कितने जा रहा है किसी भी यूजेज आ भी रहा है या नहीं आ रहा नोबडी नोस बट एवरी जी चीज एजुकेशन द मनी जो तुम स्पेंड कर रहे हो कोई एक्चुअल यूजर के को जा रही है जिन्हों एक्चुअल नीड है आई थिंक दिस इज द नीड ऑफ इंडिया बड़ा दुख होंगे अज 75 साल की आजादी तो बाद भी ਸਾਡਾ 60-70% ਸਾਡੀ ਪਾਪੂਲੇਸ਼ਨ ਇਹੋ ਜਿਹੀ ਹੈ ਹੱਦ ਵੀ ਜਿਹੜੀ ਐਜੂਕੇਸ਼ਨ ਨੂੰ ਅਫੋਰਡ ਨਹੀਂ ਕਰ ਸਕਦੀ ਹੈ ਕੁਛ ਨਹੀਂ ਕਰ ਸਕਦੀ ਇਹ ਕਮੀਆਂ ਪੇਸ਼ੀਆਂ ਸਾਡੀਆਂ ਜਾਂ ਸਾਡੇ ਪੋਲੀਟੀਕਲ ਸਿਸਟਮ ਦੀਆਂ ਮੈਂ ਉਸ ਚੀਜ਼ਾਂ 'ਤੇ ਨਹੀਂ ਜਾਵਾਂਗਾ ਬਟ ਯੈਸ ਜਿਹੜੇ ਕਰ ਸਕਦੇ ਹੈ ਔਰ ਜਿਵੇਂ ਤੁਸੀਂ ਕੀਤਾ ਨਾਨਕ ਸਾਹਿਬ ਔਰ ਐਲ ਐਨ ਟੀ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਕਰਨ ਤਾਂ ਕਿ ਐਜੂਕੇਸ਼ਨ ਇੱਕ ਐਸੀ ਚੀਜ਼ ਹੈ ਉਹਨੇ ਤੁਸੀਂ ਕਹਿ ਰਹੇ ਸੀ ਵੀ ਇੱਕ ਲੜਕੀ ਨੂੰ ਐਜੂਕੇਸ਼ਨ ਦਿੱਤੀ ਜਾਵੇ ਪੂਰੀ ਫੈਮਿਲੀ ਨੂੰ ਦਿੱਤੀ ਜਾਂਦੀ ਹੈ ਦੈਟਸ ਫੈਕਟ ਐਜੂਕੇਸ਼ਨ ਇਜ਼ ਵਨ ਜਿਹਦੇ ਨਾਲ ਹਰ ਇੱਕ ਚੀਜ਼ ਸੋਸਾਇਟੀ ਦੀ ਡਿਵੈਲਪ ਹੋਏਗੀ ਸੋ ਆਈ ਮਸਟ ਥੈਂਕ ਯੂ ਟੂ ਯੂ ਐਂਡ ਸੈਕਿੰਡਲੀ ਸੁਪ ਗਰੁੱਪ ਆਫ ਕਾਲਜਿਸ ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਅਸੀਂ 10 ਸਾਲ ਤੋਂ ਨਰਸਿੰਗ ਦੇ ਪ੍ਰੋਗਰਾਮਸ ਅਤੇ ਕਰ ਰਹੇ ਹਾਂ ਅਪਾਰਟ ਫਰੋਮ ਨਰਸਿੰਗ ਫਾਰਮੇਸੀ ਵੀ ਹੈ ਮੈਨੇਜਮੈਂਟ ਵੀ ਹੈ ਇੰਜੀਨੀਅਰਿੰਗ ਵੀ ਹੈ ਹਿਊਮੈਨਿਟੀਜ਼ ਵੀ ਹੈ ਨੋਟ ਮੈਨੀ ਅਦਰ ਕੋਰਸਿਸ ਆਉਂਦੇ ਆ ਸਾਡਾ ਇੱਕੋ ਹੀ ਲਕਸ਼ ਹੈ ਵੀ ਆਪਾਂ ਸਿਰਫ ਐਜੂਕੇਸ਼ਨ ਨਾ ਦੇਈਏ ਐਜੂਕੇਸ਼ਨ ਦੇ ਨਾਲ ਨਾਲ ਓਵਰਆਲ ਗਰੂਮਿੰਗ ਜੋ ਮੈਂ ਹਮੇਸ਼ਾ ਕਾਲਜ ਮੈਨੇਜਮੈਂਟ ਡਾਕਟਰ ਮਨਿੰਦਰ ਰੋਸ਼ਿਕਾ ਐਂਡ ਆਲ ਅਦਰ ਇਹਨਾਂ ਦੇ ਨਾਲ ਗੱਲ ਕਰਦਾ ਰਹਿੰਦਾ ਕਿ ਅਸੀਂ ਓਵਰਆਲ ਬੱਚੇ ਦੀ ਗਰੂਮਿੰਗ ਕਿਵੇਂ ਕਰ ਸਕਦੇ ਹਾਂ ਵਿਚ ਇੰਕਲੂਡਸ ਸਪੋਰਟ ਐਕਟੀਵਿਟੀਜ਼ ਹਾਲਾਂਕਿ ਤੁਹਾਡੀ ਪ੍ਰੋਫੈਸ਼ਨਲ ਸਟੱਡੀਜ਼ ਹੈਗੀਆਂ ਸਪੋਰਟਸ ਦੇ ਵਿੱਚ ਕਿੰਨਾ ਕੁ ਸਮਾਂ ਪ੍ਰੋਫੈਸ਼ਨਲ ਸਟੱਡੀ ਵਾਲੇ ਦੇ ਸਕਦੇ ਹੈ ਨਹੀਂ ਦੇ ਸਕਦੇ ਬਟ ਯੈਸ ਦਿਨ ਨੂੰ ਅਗਰ ਡਿਵਾਈਡ ਕੀਤਾ ਜਾਵੇ ਅੱਠ ਕੀਤਾ ਜਾਵੇ ਤਾਂ ਹਰ ਇੱਕ ਚੀਜ਼ ਨੂੰ ਸਮਾਂ ਦਿੱਤਾ ਜਾ ਸਕਦਾ ਸੋ ਕਲਚਰਲ ਐਕਟੀਵਿਟੀਜ਼ ਸਾਡੀਆਂ ਬੜੀਆਂ ਟੀਮਾਂ ਜਿਹੜਾ ਪੀ ਐੱਸ ਸੀ ਦੇ ਪ੍ਰੋਗਰਾਮਸ ਇੰਟਰ ਯੂਨੀਵਰਸਿਟੀ ਕੰਬਾਈਂਡ ਯੂਨੀਵਰਸਿਟੀਜ਼ ਦੇ ਵਿੱਚ ਵੀ ਉਹਨਾਂ ਨੇ ਪਾਰਟੀਸਪੇਟ ਕੀਤਾ ਸਪੈਸੀਫਿਕਲੀ ਗਿੱਧਾ ਐਂਡ ਭੰਗੜਾਜ਼ ਐਂਡ ਆਲ ਦੋਸ ਜਦ ਤੱਕ ਤੁਸੀਂ ਇਹ ਐਕਸਟਰਾ ਕਰਿਕੁਲਰਸ ਵਿੱਚ ਨਹੀਂ ਜਾਓਗੇ ਤਾਂ ਓਵਰਆਲ ਗਰੂਮਿੰਗ ਬੜੀ ਘੱਟ ਹੁੰਦੀ ਹੈ ਔਰ ਇਸ ਹਿਸਾਬ ਤੋਂ ਤਾਂ ਸਾਡਾ ਇਹ ਪ੍ਰੋਗਰਾਮ ਨਾਲ ਹੋਰ ਹੋਇਆ ਅਸੀਂ ਓਵਰਆਲ ਗਰੂਮਿੰਗ ਦੇ ਵਿੱਚ ਇੱਕ ਐਪਟੀਚਿਊਡ ਦਾ ਵੀ ਪ੍ਰਵਿਧਾਨ ਰੱਖਿਆ ਹੈ English speaking, mannerism, facing the interviews and mannerism. In a sara village we asi matlab special classes hun asi karniye shuru karange jinni ki tuhanu help karangiya overall building vich baki jaskaran sahab ne kahi ditta ki 100% placement ta sadiyan hai ki hai pichle 8 saal da record hai aur vedanta ਇਜ਼ ਅ ਮੇਜਰ ਜਿਹੜਾ ਹਰ ਸਾਲ ਇੱਥੇ ਆਉਂਦੇ ਹੈ ਔਰ ਜਿੰਨੇ ਵੀ ਬੱਚੇ ਤਿਆਰ ਹੁੰਦੇ ਹੈ ਨੌਕਰੀ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਲੈ ਜਾਂਦੇ ਹੈ ਕਿਉਂਕਿ ਹਰ ਇੱਕ ਬੱਚਾ ਅਲੱਗ ਅਲੱਗ ਹੈ ਕੋਈ ਅੱਗੇ ਪੜ੍ਹਨਾ ਚਾਹੁੰਦਾ ਕੋਈ ਜਿਹਨਾਂ ਦੇ ਮਾਂ ਪਿਓ ਕਹਿੰਦੇ ਵੀ ਇਹਨਾਂ ਨੂੰ ਪੜ੍ਹਾਤਾ ਹੋਵੇ ਜਾਂ ਵਿਆਹ ਕਰਦੇ ਹੋਵੇ ਵਿਆਹ ਕਰਕੇ ਚਲਾ ਜਾਂਦਾ ਕਿਸੇ ਨੇ ਅੱਗੇ ਨੌਕਰੀਆਂ ਕਰਨੀਆਂ ਹੁੰਦੀਆਂ ਤਾਂ ਉਹਨਾਂ ਵਾਸਤੇ 100% ਪਲੇਸਮੈਂਟ ਹੈਗੀ ਹੈ ਜਿਹਨੇ ਅੱਗੇ ਵੀ ਵੱਧ ਰਹੇ ਉਹ ਵੀ ਸਟੱਡੀਜ਼ ਸਾਡੇ ਕੋਲ ਰਹਿਣਗੀਆਂ ਅੱਗੇ ਵੀ ਅਸੀਂ ਵਧਾ ਸਕਦੇ ਹਾਂ ਔਰ ਰੰਗ ਸਭ ਠੀਕ ਲੱਗੇ ਤਾਂ ਹੋ ਸਕਦਾ 2-3-4 ਸਾਲ ਬਾਅਦ ਅਸੀਂ ਇੱਥੇ ਆਪਣਾ ਹਸਪਤਾਲ ਵੀ ਖੋਲ੍ਹੀ ਹਸਪਤਾਲ ਖੋਲ ਤਾਂ 100% ਪਲੇਸਮੈਂਟ ਇੱਥੇ ਹੀ ਹੋ ਜਾਂਦੀ ਜੋ ਵੀ ਸਾਡਾ ਮੇਨ ਏਮ ਇਹ ਰਿਹਾ ਕਿ ਇਹ ਸਿਰਫ ਗਰੁੱਪ ਆਫ ਕਾਲਜਿਸ ਨੂੰ ਅਸੀਂ ਮੈਡੀਕਲ ਅਲਾਈਡ ਯੂਨੀਵਰਸਿਟੀ ਵਿੱਚ ਕਨਵਰਟ ਕਰ ਉਹ ਕਿੰਨੀ ਦੇਰ ਵਿੱਚ ਹੁੰਦਾ ਹੈ ਪਤਾ ਲੱਗ ਜਾਏਗਾ ਬਟ ਆਈ ਮਸਟ ਕੰਗਰੈਚੁਲੇਟ ਆਲ ਦ ਸਟੂਡੈਂਟ ਹੂ ਗੈਟ ਦ ਓਪਰਚੁਨਿਟੀ ਫਰੋਮ ਨਾਭਾ ਥਰਮਲ ਔਰ ਐਲ ਐਨ ਟੀ ਔਰ
from Mr. Jaskaran and Mr. Narayan. और एक रिक्वेस्ट करांगा, ये इन्होंने जो अपॉर्चुनिटीज सानू दी हैं उनका रिजल्ट इन्होंने अपने बढ़िया ले सकते हैं. यू शुड ऑलवेज बी इन द मैरिट सो दैट दे शुड बी हैप्पी दैट दे हैव सिलेक्टेड द बेस्ट आउट ऑफ द टोटल एंड यू रेसिप्रोकेट देम इन द मैनर विद योर गुड रिजल्ट्स. बेस्ट कॉलेज विल ऑलवेज बी देयर फॉर यू ऑल for your grooming. Thank you so much. Thank you so much, Munjal sir, for your motivational words. Badi company de andar vich vi aaya siga ki assi je dharti mata hai unhanu wapas dena chahnde hain, te bade bade karname, bade bade projects saadi company